ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਬੁਲਟਿਨ, ਮੈਂ ਹਾਂ ਕੋਮਲ ਕਪੂਰ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ। ਲੋਕ ਸਭਾ ਚੋਣਾਂ ਨੂੰ ਲੈ ਕੇ ਪੱਖੀ ਸਿਆਸਤ, ਸਿਮਰਨਜੀਤ ਬੈਂਸ ਤੇ ਰਵਨੀਤ ਬਿੱਟੂ ਦੀ ਫੋਨ ਉੱਤੇ ਗੱਲਬਾਤ ਉੱਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਆਡੀਓ। ਕੇਜਰੀਵਾਲ ਨੇ ਭਾਜਪਾ ਉੱਤੇ ਸਾਧੇ ਨਿਸ਼ਾਨ ਨੇ ਕਿਹਾ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਝਾੜੂ ਦੀ ਕੀਤੀ ਹੈ ਸ਼ੁਰੂਆਤ। ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੈਂਸ ਉੱਤੇ ਕੀਤੇ ਸ਼ਬਦੀ ਵਾਰ, ਕਿਹਾ ਆਈ ਟੀ ਵੀ ਭਾਗ ਚ ਕਰਾਂਗਾ ਸ਼ਿਕਾਇਤ, ਸਿਮਰਨਜੀਤ ਵੱਡੇ ਭਰਾ ਦਾ ਅਕਸ ਖਰਾਬ ਕਰਨ ਦੀ ਕੀਤੀ ਕੋਸ਼ਿਸ਼। ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਜਾਰੀ, ਪੰਜਾਬ ਦੇ ਵਿੱਚ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 23 ਮਈ ਨੂੰ ਪੰਜਾਬ ਵਾਸੀਆਂ ਨੂੰ ਕਰਨਗੇ ਸੰਬੋਧਨ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਇੱਕ ਪਾਸੇ ਲੁਧਿਆਣਾ ਚੋਣ ਪ੍ਰਚਾਰ ਜ਼ੋਰਾਂ ਉੱਤੇ ਹੈ ਤੇ ਸਾਰੀਆਂ ਧਿਰਾਂ ਦੇ ਆਗੂ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਚੋਣਾਂ ਕਰਨ ਦੇ ਲਈ ਪੂਰਾ ਜ਼ੋਰ ਲਗਾ ਰਹੇ ਨੇ। ਉੱਥੇ ਇੱਕ ਆਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਆਡੀਓ ਦੇ ਵਿੱਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅਤੇ ਸਿਮਰਨਜੀਤ ਸਿੰਘ ਬੈਂਸ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਨੇ। ਲੁਧਿਆਣਾ ਲੋਕ ਸਭਾ ਸੀਟ ਤੇ ਕਾਫੀ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਇੱਕ ਪਾਸੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਦਰਮਿਆਨ ਸਖਤ ਮੁਕਾਬਲਾ ਹੈ। ਉੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਪੂਰਾ ਜ਼ੋਰ ਲਗਾ ਰਹੇ ਨੇ। ਬੀਤੇ ਦਿਨੀਂ ਭਾਜਪਾ ਛੱਡ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਿਮਰਨਜੀਤ ਸਿੰਘ ਬੈਂਸ ਅਤੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਆਡੀਓ ਕਾਲ ਨੇ ਲੁਧਿਆਣਾ ਦੀ ਸਿਆਸਤ ਨੂੰ ਹੋਰ ਵੀ ਪਖਾ ਦਿੱਤਾ। ਤੁਸੀਂ ਵੀ ਸੁਣੋ ਇਹ ਆਡੀਓ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਿੱਟੂ ਜੀ। ਸਰ ਮੈਂ ਤਾਂ ਚਲਾ ਗਿਆ, ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਕੁਛ ਹੈ, ਇਹਨਾਂ ਨੇ ਨਹੀਂ ਹੋਣ ਦੇਣਾ। ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ, ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ, ਬਈ ਆਪਣੇ ਆਪ ਮੈਂ ਜਦੋਂ ਮੈਂ ਰੋਕਦਾ ਸੀ ਰੋਜ਼ ਮੈਨੂੰ ਟਿਕਟ ਮਿਲ ਜਾਣ ਦੋ ਮੈਂ ਚੁੱਪ। ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਸਿੰਘ। ਇਹ ਆਸ਼ੂ, ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ, ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਊਂਸ ਹੋਣ ਦਿਓ, ਕੈਂਡੀਡੇਟ ਅਨਾਊਂਸ ਰੌਲਾ ਨਹੀਂ ਪਾਉਣਾ। ਬਿਲਕੁਲ, ਮੈਂ ਜਦੋਂ ਕੈਂਡੀਡੇਟ ਅਨਾਊਂਸ ਹੋਣਾ ਮੈਂ ਚੁੱਪ ਕਰਕੇ, ਇਹਨਾਂ ਨੇ ਕੁਛ ਨਹੀਂ ਕਰ ਸਕਣਾ, ਫਿਰ ਮੈਂ ਉੱਥੋਂ ਚੁੱਪ ਕਰਕੇ ਕਰਕੇ ਲਿਆਊਂਗਾ। ਇਹ ਤਾਂ ਇਹ ਕਿਤੇ ਜਰਦੇ ਆ, ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕਿ ਉੱਥੇ ਜੀ ਖਹਿਰਾ ਬੈਠਾ, ਉੱਥੇ ਸਿੱਧੂ ਬੈਠਾ, ਉੱਥੇ ਜਦੋਂ ਮੈਂ ਗੱਲਾਂ ਹਜੇ ਤੋਰਦਾ ਹੀ ਸੀ ਲਜੇ ਬੈਂਸ ਆ ਗਿਆ ਜੀ, ਫਿਰ ਆਪਣੇ ਪੱਲੇ ਕੀ ਰਹੂਗਾ। ਵਾਹਿਗੁਰੂ ਜੀ, ਮਤਲਬ ਇਹ ਤਾਂ ਇਹ ਕਮਜ਼ੋਰ ਬੰਦੇ ਨੇ। ਉਦਣ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ, ਇਹ ਤਾਂ ਮਤਲਬ ਕੁਛ ਫੈਸਲਾ ਹੀ ਨਹੀਂ ਕਰਨ ਦਿੰਦੇ, ਕੋਈ ਗੱਲ ਕਰ ਨਹੀਂ ਦਿੰਦੇ ਜਦੋਂ ਮੌਕਾ ਮਿਲਿਆ। ਤੁਸੀਂ ਭਾਜੀ ਮੈਂ ਕੁਛ ਨਹੀਂ ਕਹਿਣਾ ਹੁਣ, ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਇਹ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ, ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ, ਤੁਸੀਂ ਮਨ ਬਣਾਓ ਬਸ ਹਜੇ ਲੋਕਲ ਹੋ ਬਾਹਰ ਹੋ ਤੁਸੀਂ ਅੱਜ ਨਹੀਂ, ਮੈਂ ਉਰੇ ਮੈਂ ਲੋਕਲ ਹਾਂ, ਮੈਂ ਲੋਕਲ ਹਾਂ, ਮੈਂ ਆਪਾਂ ਮਿਲ ਲੈਂਦੇ ਹਾਂ ਬਾਅਦ ਦੁਪਹਿਰ ਫਿਰ ਫੋਨ ਕਰਦਾ ਤੁਹਾਨੂੰ ਮੈਂ। ਹਾਂ ਇਹ ਇਹ ਨਾ ਭਾਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਵੀ ਕੀ ਤੁਹਾਨੂੰ ਰੋਕਦੇ ਰਹੇ ਆ, ਕੌਣ ਕੀ ਕਰਦਾ ਰਿਹਾ, ਪਰਮਿੰਦਰ ਬਰਾੜ ਕੀ ਕਰਦਾ ਰਿਹਾ, ਡਾਕਟਰ ਜਾਖੜ ਕੀ ਕਰਦਾ ਰਿਹਾ, ਸੇਮ ਹੀ ਸਥਿਤੀ ਕਾਂਗਰਸ ਵਾਲੀ ਇੱਥੇ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ ਵਾਸਤੇ, ਪਤਾ ਨੀ ਕੀ ਚੱਕਰ ਆ ਸਾਡਾ, ਡਰਦੇ ਡਰਦੇ ਨੇ ਬਸ ਹੋਰ ਇਹਨਾਂ ਨੂੰ ਕੀ ਆ। ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ, ਸੰਗਠਨ ਤਾਕਤਵਾਰ ਆ, ਸਾਰੇ ਤਾਕਤਵਾਰ ਆ। ਹਾਂ ਵੀ ਬੈਂਸ ਆ ਗਿਆ, ਉਹ ਸਾਡੀ ਦੁਕਾਨ ਬੰਦ ਹੋ ਜੂ, ਤੁਹਾਡੀ ਦੁਕਾਨ ਡਬਲ ਹੋਊ ਕਿ ਬੰਦ ਹੋਊ, ਆਪਣਾ ਆਪਣੇ ਦੇਣਾ ਆਪਣਾ। ਹਾਂ ਬਿਲਕੁਲ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ। ਹਾਲਾਂਕਿ ਇਸ ਵੀਡੀਓ ਬਾਰੇ ਫਿਲਹਾਲ ਰਵਨੀਤ ਬਿੱਟੂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਮਾਮਲਾ ਕੀ ਮੋੜ ਲੈਂਦਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਆਪ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਨੇਤਾਵਾਂ ਦੇ ਨਾਲ ਭਾਜਪਾ ਹੈੱਡਕੁਆਟਰ ਉੱਤੇ ਰੋਸ ਮਾਰਚ ਕੀਤਾ। ਉਹ ਦੁਪਹਿਰ 12 ਵਜੇ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਅਤੇ ਅੱਧੇ ਘੰਟੇ ਤੋਂ ਬਾਅਦ ਪਾਰਟੀ ਆਗੂਆਂ ਦੇ ਨਾਲ 800 ਮੀਟਰ ਦੂਰ ਭਾਜਪਾ ਦੇ ਮੁੱਖ ਦਫ਼ਤਰ ਦੇ ਵੱਲ ਮਾਰਚ ਕੀਤਾ। ਹਾਲਾਂਕਿ ਇਹ ਧਰਨਾ ਦੁਪਹਿਰ ਕਰੀਬ 1:30 ਵਜੇ ਬਿਨਾਂ ਕਿਸੇ ਵੱਡੇ ਆਗੂ ਦੀ ਗ੍ਰਿਫ਼ਤਾਰੀ ਤੋਂ ਖਤਮ ਵੀ ਹੋ ਗਿਆ। ਬੀਤੇ ਦਿਨ 18 ਮਈ ਨੂੰ ਅਰਵਿੰਦ ਕੇਜਰੀਵਾਲ ਨੇ ਸਵਾਤੀ ਮਾਲੀਵਾਲ ਉੱਤੇ ਹਮਲਾ ਕਰਨ ਦੇ ਦੋਸ਼ੀ ਆਪਣੇ ਪੀਏ ਰਿਸ਼ਵ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਭਾਜਪਾ ਹੈੱਡਕੁਆਟਰ ਉੱਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ, ਜਿਸ ਦੇ ਚੱਲਦਿਆਂ ਅੱਜ ਅਰਵਿੰਦ ਕੇਜਰੀਵਾਲ ਨੇ ਆਪ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਨੇਤਾਵਾਂ ਦੇ ਨਾਲ ਭਾਜਪਾ ਹੈੱਡਕੁਆਟਰ ਉੱਤੇ ਰੋਸ ਮਾਰਚ ਕੀਤਾ ਅਤੇ ਕਿਹਾ ਕਿ ਭਾਜਪਾ ਨੇ ਸਾਨੂੰ ਖਤਮ ਕਰਨ ਦੇ ਲਈ 3 ਯੋਜਨਾਵਾਂ ਬਣਾਈਆਂ ਹਨ। ਪਹਿਲੀ ਚੋਣਾਂ ਤੋਂ ਬਾਅਦ ਪਾਰਟੀ ਦੇ ਖਾਤੇ ਫ੍ਰੀਜ਼ ਕੀਤੇ ਜਾਣਗੇ, ਦੂਜਾ ਪਾਰਟੀ ਦੇ ਵੱਡੇ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਤੀਜੀ ਧਿਰ ਦਾ ਦਫ਼ਤਰ ਖਾਲੀ ਕਰ ਦਿੱਤਾ ਜਾਵੇਗਾ। ਇਸਕੇ ਪਹਿਲੇ ਕਿ ਆਮ ਆਦਮੀ ਪਾਰਟੀ ਬੀਜੇਪੀ ਕੇ ਲਿਏ ਚੁਣੌਤੀ ਬਣੇ, ਬੜੀ ਬਣੇ, ਉਸਕੋ ਯਹੀਂ ਪੇ ਕੁਚਲ ਦੇਣਾ ਜ਼ਰੂਰੀ ਹੈ। ਉਸਕੇ ਲਈ ਉਨ੍ਹੋਂਨੇ ਆਪਰੇਸ਼ਨ ਝਾੜੂ ਚਾਲੂ ਕੀਆ ਹੈ। ਇਸ ਆਪਰੇਸ਼ਨ ਝਾੜੂ ਕੇ ਤਹਿਤ ਆਮ ਆਦਮੀ ਪਾਰਟੀ ਕੇ ਬੜੇ ਨੇਤਾਓਂ ਕੋ ਗ੍ਰਿਫ਼ਤਾਰ ਕੀਆ ਜਾਏਗਾ, ਗ੍ਰਿਫ਼ਤਾਰ ਕੀਆ ਜਾ ਰਹਾ ਹੈ। ਆਨੇ ਵਾਲੇ ਸਮੇਂ ਮੇ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟਸ ਕੋ ਸੀਜ਼ ਕੀਆ ਜਾਏਗਾ। ਈਡੀ ਕਾ ਵਕੀਲ ਆਲਰੇਡੀ ਕੋਰਟ ਮੇ ਯੇ ਬਿਆਨ ਦੇ ਚੁੱਕਾ ਹੈ ਕਿ ਚੁਣਾਵ ਕੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟ ਸੀਜ਼ ਕੀਏ ਜਾਏਂਗੇ। ਯੇ ਮੈਂ ਆਪਣੀ ਮਰਜ਼ੀ ਸੇ ਨਹੀਂ ਬੋਲ ਰਹਾ, ਉਨ੍ਹੋਂਨੇ ਕਹਾ ਅਭੀ ਸੀਜ਼ ਕਰਨੇ ਥੇ ਲੇਕਿਨ ਅਭੀ ਹਮ ਇਨਕੇ ਸੀਜ਼ ਕਰੇਂਗੇ ਤੋ ਇਨਕੋ ਸਿੰਪਥੀ ਮਿਲੇਗੀ, ਤੋ ਚੁਣਾਵ ਕੇ ਬਾਅਦ ਵੋ ਆਮ ਆਦਮੀ ਪਾਰਟੀ ਕੇ ਬੈਂਕ ਅਕਾਊਂਟ ਸੀਜ਼ ਕਰੇਂਗੇ ਔਰ ਆਮ ਆਦਮੀ ਪਾਰਟੀ ਕੋ ਦਫ਼ਤਰ ਖਾਲੀ ਕਰਾ ਕੇ ਆਮ ਆਦਮੀ ਪਾਰਟੀ ਕੋ ਸੜਕ ਪੇ ਲਾਇਆ ਜਾਏਗਾ। ਯੇ ਤੀਨ ਪਲਾਨ ਇਨ੍ਹੋਂਨੇ ਬਣਾਏ ਹੈ, ਹਮਾਰੇ ਨੇਤਾਓਂ ਕੋ ਗ੍ਰਿਫ਼ਤਾਰ ਕਰਨੇ ਕਾ, ਹਮਾਰੇ ਬੈਂਕ ਅਕਾਊਂਟ ਸੀਜ਼ ਕਰਨੇ ਕਾ, ਹਮਾਰੇ ਦਫ਼ਤਰ ਕੋ ਖਾਲੀ ਕਰਾਨੇ ਕਾ। ਉਨ੍ਹੇ ਲਗਤਾ ਹੈ ਕਿ ਵੋ ਇਸ ਤਰ੍ਹਾਂ ਸੇ ਆਮ ਆਦਮੀ ਪਾਰਟੀ ਕੋ ਖਤਮ ਕਰ ਦੇਂਗੇ, ਉਨ੍ਹੇ ਲਗਤਾ ਹੈ ਕਿ ਵੋ ਇਸ ਤਰ੍ਹਾਂ ਸੇ ਆਮ ਆਦਮੀ ਪਾਰਟੀ ਕਾ ਵਿਨਾਸ਼ ਕਰ ਦੇਂਗੇ। ਮੈਂ ਉਨ੍ਹੇ ਕਹਿਣਾ ਚਾਹਤਾ ਹੂੰ ਕਿ ਯੇ ਆਮ ਆਦਮੀ ਪਾਰਟੀ ਚੰਦ ਲੋਗੋਂ ਕੀ ਪਾਰਟੀ ਨਹੀਂ ਹੈ, ਯੇ ਆਮ ਆਦਮੀ ਪਾਰਟੀ 140 ਕਰੋੜ ਲੋਗੋਂ ਕੇ ਸਪਨੋਂ ਕੀ ਪਾਰਟੀ ਹੈ। ਹਾਲਾਂਕਿ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕੁਝ ਆਪ ਸਮਰਥਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਤੇ ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਛੱਡ ਵੀ ਦਿੱਤਾ ਗਿਆ। ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਭਾਜਪਾ ਦਫ਼ਤਰ ਦੇ ਬਾਹਰ ਧਾਰਾ 144 ਵੀ ਲਗਾਈ ਗਈ ਸੀ। ਇਸ ਦੇ ਨਾਲ ਹੀ ਪ੍ਰਵੇਸ਼ ਅਤੇ ਬਾਹਰ ਜਾਣ ਵਾਲੇ ਰਸਤਿਆਂ ਉੱਤੇ ਬੈਰੀਕੇਡਿੰਗ ਵੀ ਕੀਤੀ ਹੋਈ ਸੀ। ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਤੇ ਵੱਡਾ ਹਮਲਾ ਕੀਤਾ ਹੈ। ਦੱਸ ਸੀ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਆਡੀਓ ਵਾਇਰਲ ਮਾਮਲੇ ਉੱਤੇ ਬੋਲਦੇ ਹੋਏ ਉਹਨੇ ਕਿਹਾ ਕਿ ਜਿੱਥੇ ਉਹ ਇਸ ਆਡੀਓ ਨੂੰ ਲੈ ਕੇ ਸਖ਼ਤ ਨਿੰਦਾ ਕਰਦੇ ਨੇ ਤਾਂ ਉੱਥੇ ਉਹਨਾਂ ਕਰੜਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਆਡੀਓ ਨਹੀਂ ਹੈ, ਇਸ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ। ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਨਾਲ ਰਵਨੀਤ ਬਿੱਟੂ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੋ ਆਡੀਓ ਵਾਇਰਲ ਹੋਈ ਹੈ ਉਸਦੇ ਵਿੱਚ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਆਈਟੀ ਵਿਭਾਗ ਨੂੰ ਇਹ ਆਡੀਓ ਭੇਜ ਕੇ ਸ਼ਿਕਾਇਤ ਵੀ ਕਰ ਦਿੱਤੀ ਹੈ ਅਤੇ ਜਿਸ ਵਿਅਕਤੀ ਵੱਲੋਂ ਵੀ ਇਸ ਆਡੀਓ ਨੂੰ ਬਣਾ ਕੇ ਪਾਇਆ ਗਿਆ ਉਸ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਡੀਓ ਜਿਹੜੀ ਆ ਮੈਨੂੰ ਵੀ ਮੀਡੀਆ ਤੋਂ ਪਤਾ ਲੱਗੀ ਆ, ਇਹੋ ਜਿਹੇ ਕੰਮ ਹੁੰਦੇ ਹੀ ਹੁੰਦੇ ਆ।
ਜਦੋਂ ਕੈਂਡੀਡੇਟ ਦੂਜੇ ਕੋਲ ਕੋਈ ਗੱਲ ਨਾ ਹੋਵੇ, ਫਿਰ ਅੱਜ ਕੱਲ੍ਹ ਇਹ ਕੰਪਿਊਟਰ ਦਾ ਯੁੱਗ ਆ, ਮੀਡੀਆ ਦੇ ਯੁੱਗ ਆ, ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਹੋਰ ਬਣਾਉਣਗੇ, ਕਿੰਨੀਆਂ ਕੁ ਆਉਣਗੀਆਂ, ਪਰ ਅਸੀਂ ਆਈਟੀ ਡਿਪਾਰਟਮੈਂਟ ਨੂੰ ਸਾਡੀ ਸਾਰੀ ਟੀਮ ਆ ਉਹ ਇਹਦੇ ਉੱਤੇ ਸੋਚ ਵਿਚਾਰ ਕਰਕੇ ਇਹਦੇ ਉੱਤੇ ਐਕਸ਼ਨ ਲੈਣ ਲਈ ਸ਼ਿਕਾਇਤ ਕਰੇਗੀ ਅਤੇ ਕੀ ਇਹ ਕਿਹਨੇ ਸ਼ਰਾਰਤ ਕੀਤੀ ਆ, ਕਿਹਨੇ ਅਪਲੋਡ ਕੀਤੀ ਆ, ਅਤੇ ਜਿਹੜੇ ਜਿਹੜੇ ਚੈਨਲਸ 'ਤੇ ਇਹਨਾਂ ਨੇ ਚਲਾਈ ਆ ਉਹਨਾਂ ਨੂੰ ਵੀ ਆਈਟੀ ਡਿਪਾਰਟਮੈਂਟ ਨੂੰ ਕਹਿ ਕੇ ਨੋਟਿਸ ਜਾਰੀ ਕਰਾਵਾਂਗੇ, ਕਿਉਂਕਿ ਜਿੰਨਾ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਔਥੈਂਟਿਕ ਕੀ ਆ ਉਹਦੇ ਵਿੱਚ, ਅਤੇ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਬੜੀ ਮੰਦਭਾਗੀ ਗੱਲ ਆ। ਇਸ ਲੈਵਲ 'ਤੇ ਇਹੋ ਜਿਹੀਆਂ ਛੋਟੀਆਂ ਗੱਲਾਂ ਕਰਨੀਆਂ ਮੈਂ ਸਮਝਦਾ ਨਹੀਂ, ਮੇਰੀ ਆਡੀਓ ਕਿੱਥੋਂ ਹੋ ਸਕਦੀ ਹੈ ਜੀ, ਇਹ ਸਾਰਾ ਕੁਝ ਜਾਲੀ। ਇਹ ਹੁਣ ਕਿਉਂ ਹੋਇਆ ਜੀ, ਬੈਂਸ ਸਾਹਿਬ ਦੋ ਵਾਰ ਮੈਂ ਇਲੈਕਸ਼ਨ ਲੜਿਆ, ਬੈਂਸ ਸਾਹਿਬ ਦੇ ਆਹਮਣੇ ਸਾਹਮਣੇ ਕਦੇ ਵੀ ਮਰਦਾਂ ਵਾਂਗੂ ਇਲੈਕਸ਼ਨ ਲੜੀ ਆ, ਅਸੀਂ ਉਹ ਵੀ ਲੜਦੇ ਸੀ, ਮੈਂ ਵੀ, ਅਸੀਂ ਕਦੇ ਇਹੋ ਜਿਹੀਆਂ ਗੱਲਾਂ ਆ ਜਿਹੜੀਆਂ ਦੋ ਨੰਬਰ ਦੀਆਂ ਗੱਲਾਂ ਨੇ ਕਦੇ ਨਹੀਂ ਹੋਈਆਂ ਸੀ। ਪਰ ਹੁਣ ਉਹ ਕਾਂਗਰਸ ਪਾਰਟੀ ਸ਼ਾਮਿਲ ਆ, ਉਹਨਾਂ ਤੋਂ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮਾਂ ਦੀ ਮਾਹਰ ਆ, ਉਹ ਉਹਨਾਂ ਤੋਂ ਕਿਤੋਂ ਕਿਤੇ ਨਾ ਕਿਤੇ ਇਹੋ ਜਿਹੇ ਕੰਮ ਆ ਜਿਹੜੇ ਉਹਨਾਂ ਤੋਂ ਕਰਵਾ ਰਹੀ ਆ। ਜ਼ਿਕਰਯੋਗ ਹੈ ਕਿ ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਆਡੀਓ ਸਿਮਰਨਜੀਤ ਸਿੰਘ ਬੈਂਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਾਂ ਨਹੀਂ। ਉਹਨਾਂ ਕਿਹਾ, ਬੈਂਸ ਮੇਰਾ ਵੱਡਾ ਭਰਾ ਹੈ, ਅਸੀਂ ਦੋਵੇਂ ਇੱਕ ਦੂਜੇ ਦੇ ਨਾਲ ਚੋਣ ਲੜਦੇ ਰਹੇ ਹਾਂ। ਪਹਿਲਾਂ ਬੈਂਸ ਆਦਮੀ ਵਾਂਗ ਚੋਣ ਲੜਦੇ ਸਨ, ਪਰ ਹੁਣ ਜਦੋਂ ਦੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ, ਕਾਂਗਰਸ ਅਜਿਹੇ ਕੰਮ ਕਰਵਾਉਣ ਦੇ ਵਿੱਚ ਮਾਹਰ ਹੈ। ਦੇਖਣ ਵਾਲੀ ਗੱਲ ਤਾਂ ਹੁਣ ਇਹ ਹੋਵੇਗੀ ਕਿ ਆਡੀਓ ਦੇ ਪਿੱਛੇ ਦੀ ਸੱਚਾਈ ਕੀ ਨਿਕਲਦੀ ਹੈ। ਹੋਰਨਾਂ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਹੁਣ ਪੰਜਾਬ ਦੇ ਵੱਲ ਆਪਣੇ ਕਾਫਲੇ ਮੋੜਨੇ ਸ਼ੁਰੂ ਕਰ ਦਿੱਤੇ ਨੇ। ਇਸਦੇ ਚਲਦੇ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ 3 ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਸਾਰੀਆਂ ਸਿਆਸੀ ਧਿਰਾਂ ਲੋਕ ਸਭਾ ਚੋਣਾਂ ਦੇ ਤਹਿਤ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨੇ। ਵੱਡੇ ਲੀਡਰ ਵੱਖ ਵੱਖ ਹਲਕਿਆਂ 'ਚ ਰੈਲੀਆਂ ਕਰ ਰਹੇ ਨੇ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਪੰਜਾਬ ਆਉਣ ਦੀ ਤਿਆਰੀ ਖਿੱਚ ਲਈ ਹੈ। ਸੂਬੇ 'ਚ PM ਮੋਦੀ ਦੀਆਂ 3 ਰੈਲੀਆਂ ਹੋਣਗੀਆਂ। 23 ਮਈ ਨੂੰ ਉਹ ਪਟਿਆਲੇ ਦੇ ਵਿੱਚ ਸੰਬੋਧਨ ਕਰਨਗੇ। 24 ਮਈ ਨੂੰ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ 2 ਰੈਲੀਆਂ ਰੱਖੀਆਂ ਗਈਆਂ ਨੇ। ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ, 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ, 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਅਤੇ ਉਹਦੇ ਬਾਅਦ ਜਲੰਧਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ। ਟਾਈਮਿੰਗਸ ਐਗਜੈਕਟ ਕਿੱਥੇ ਮੈਂ ਜਿਹੜਾ ਦੱਸ ਰਿਹਾ, ਪਟਿਆਲਾ ਲੋਕ ਸਭਾ ਕੌਂਸਟੀਚੁਐਂਸੀ ਦੀ ਗੱਲ ਕਰ ਰਿਹਾ, ਗੁਰਦਾਸਪੁਰ ਲੋਕ ਸਭਾ ਕੌਂਸਟੀਚੁਐਂਸੀ, ਜਲੰਧਰ ਲੋਕ ਸਭਾ, ਕਿੱਥੇ ਪਰਟੀਕੁਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਜਾਊ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ BJP ਲੀਡਰਾਂ ਦਾ ਅਤੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਇਹ ਰੈਲੀਆਂ ਕਿਵੇਂ ਹੋਣਗੀਆਂ ਹਜੇ ਤੱਕ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਰੈਲੀ ਨੂੰ ਸੰਬੋਧਨ ਕਰਨ ਆਏ ਸਨ, ਪਰ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਸੰਬੋਧਨ ਕੀਤੇ ਬਗੈਰ ਹੀ ਵਾਪਸ ਪਰਤ ਗਏ ਸਨ ਅਤੇ ਹੁਣ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੀਆਂ ਹੱਦਾਂ ਉੱਤੇ ਬੈਠੇ ਨੇ। ਇੱਥੇ ਵੀ ਦੱਸਣਯੋਗ ਹੈ ਕਿ ਜਦੋਂ ਕਿਸਾਨਾਂ ਨੇ 3 ਖੇਤੀ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ ਤਾਂ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਨੂੰ ਵਾਪਸ ਲੈ ਲਏ ਸਨ ਤਾਂ ਹੁਣ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੋਈ ਭਰੋਸਾ ਦਿੱਤਾ ਜਾ ਸਕਦਾ ਹੈ। BJP ਦੀ ਲੀਡਰਸ਼ਿਪ ਕਿੰਨਾ ਹਾਲਾਤਾਂ ਦੇ ਵਿੱਚ ਪੰਜਾਬ 'ਚ ਰੈਲੀਆਂ ਕਰਦੀ ਹੈ ਅਤੇ ਕਿਸਾਨ ਕੀ ਰਣਨੀਤੀ ਬਣਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵੱਲੋਂ ਵਿਰੋਧੀ ਪਾਰਟੀਆਂ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਨੇ। ਇਸੇ ਦੌਰਾਨ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਅਤੇ ਤਿੱਖੇ ਸ਼ਬਦੀ ਵਾਰ ਕੀਤੀ।
ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰਾਂ ਦਾ ਮੁਕਾਬਲਾ ਕਾਫੀ ਫਸਵਾਂ ਅਤੇ ਜ਼ੋਰਦਾਰ ਹੁੰਦਾ ਜਾ ਰਿਹਾ ਹੈ ਅਤੇ ਵਿਰੋਧੀਆਂ ਦੇ ਵੱਲੋਂ ਬਿਆਨਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਰਾਜਾ ਵੜਿੰਗ ਨੇ ਸੀਐਮ ਮਾਨ ਦੇ ਵੱਲੋਂ ਕੀਤੇ ਐਨਓਸੀ ਦੇ ਮੁੱਦੇ ਉੱਤੇ ਕੀਤੇ ਹੋਏ ਵਾਅਦੇ ਨੂੰ ਝੂਠਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ। ਉਹਨਾਂ ਦੇ ਵੱਲੋਂ ਐਨਓਸੀ ਦੀ ਸ਼ਰਤ ਖਤਮ ਕਰਨ ਦਾ ਐਲਾਨ ਕਰਕੇ ਹਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਵੜਿੰਗ ਨੇ ਅੱਗੇ ਕਿਹਾ ਕਿ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਹਾਡੀ ਸਭ ਦੀ ਲੋੜ ਹੈ, ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਫੋਨ ਕਰਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਦੇ ਲਈ ਜ਼ਰੂਰ ਕਹੋ। ਇੱਕ ਬਹੁਤ ਵੱਡਾ ਪੰਜਾਬ ਦਾ ਇਸ਼ੂ ਹੈਗਾ, ਮੈਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਕਿ ਵਾਅਦਾ ਕੀਤਾ ਸੀ ਪਿਛਲੇ ਪਹਿਲਾਂ 3 ਮਹੀਨੇ ਪਹਿਲਾਂ ਟਵਿੱਟਰ ਤੇ ਬਿਆਨ ਦਿੱਤਾ ਸੀ ਆਦਰਨੀਆ ਭਗਵੰਤ ਸਿੰਘ ਮਾਨ ਹੋਰਾਂ ਨੇ, ਔਰ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ। ਲੇਕਿਨ ਮੈਂ ਬਹੁਤ ਸਾਰੇ ਵਾਅਦਿਆਂ ਦੀ ਤਰ੍ਹਾਂ ਇਹ ਵੀ ਇੱਕ ਝੂਠਾ ਪ੍ਰੋਮਿਸ ਸਾਬਤ ਹੋਇਆ। ਅੱਜ ਬਹੁਤ ਹੀ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਚਹਿਰੀਆਂ ਦੇ ਵਿੱਚ, ਜਦੋਂ ਰਜਿਸਟਰੀ ਕਰਾਉਣ ਜਾਂਦੇ ਆ ਤਹਿਸੀਲਦਾਰ ਐਨਓਸੀ ਮੰਗਦਾ। ਸੋ ਇਸ ਕਰਕੇ ਲੋਕ ਔਰ ਵਪਾਰੀ ਔਰ ਸਾਡੇ ਵਿਚਾਰੇ ਜਿਹੜੇ ਭਰਾ ਨੇ ਉਹ ਬੜੇ ਪਰੇਸ਼ਾਨ ਨੇ। ਸੋ ਲੁਧਿਆਣੇ ਦਾ ਇਹ ਬਹੁਤ ਵੱਡਾ ਇਸ਼ੂ ਹੈ ਲੁਧਿਆਣੇ ਦੇ ਲੋਕਾਂ ਦਾ, ਕਿਉਂਕਿ ਇੱਥੇ ਰੋਜ਼ਾਨਾ ਰਜਿਸਟਰੀਆਂ ਬਹੁਤ ਹੁੰਦੀਆਂ ਤੇ ਲੇਕਿਨ ਐਨਓਸੀ ਮੰਗੀ ਜਾਂਦੀ ਹੈ ਔਰ ਵਿਚਾਰੇ ਸਾਰੇ ਦਿਨ ਕਚਹਿਰੀ ਬੈਠ ਕੇ ਇੱਧਰ ਉੱਧਰ ਧੱਕੇ ਖਾ ਕੇ ਵਾਪਸ ਆ ਜਾਂਦੇ ਆ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਹ ਚੁਣਾਵ ਤੋਂ ਬਾਅਦ ਤੁਹਾਡੇ ਇਸ਼ੂਜ਼ ਦੇ ਲਈ ਆਪਾਂ ਇੱਕ ਵਧੀਆ ਐਜੀਟੇਸ਼ਨ ਪ੍ਰੋਗਰਾਮ ਕਰਾਂਗੇ ਔਰ ਸਰਕਾਰ ਨੂੰ ਅਸੀਂ ਕੰਨ ਖੋਲਾਂਗੇ ਕਿ ਇਹ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਤੇ ਨਹੀਂ ਅਸੀਂ ਲੜਾਈ ਲੜਾਂਗੇ। ਸੋ ਮੈਨੂੰ ਲੱਗਦਾ ਇਹ ਪੂਰੇ ਪੰਜਾਬ ਦਾ ਮੁੱਦਾ ਹੈ। ਲੁਧਿਆਣਾ ਵੱਡਾ ਸ਼ਹਿਰ ਹੈ, ਇੱਥੇ ਵੱਡਾ ਇਸ਼ੂ ਹੈ, ਲੇਕਿਨ ਇਹ ਪੂਰੇ ਪੰਜਾਬ ਦਾ ਇਸ਼ੂ ਹੈ ਔਰ ਅਸੀਂ ਇਹਦੀ ਲੜਾਈ ਲੜਨੀ ਹੈ ਔਰ ਸਰਕਾਰ ਨੂੰ ਇਸ ਤੇ ਮਜਬੂਰ ਕਰਾਂਗੇ ਕਿ ਜੋ ਕਿਹਾ ਸੀ ਉਹ ਤੁਸੀਂ ਕਰੋ। ਸੋ ਚਿੰਤਾ ਨਾ ਕਰੋ, ਹੋਰ ਤੁਸੀਂ 10-12 ਦਿਨ ਜਿਹੜੇ ਔਖੇ ਆ ਇਹਨਾਂ ਨੂੰ ਕੱਢ ਲਓ। ਉਮੀਦਵਾਰਾਂ ਦੇ ਵੱਲੋਂ ਜਿੱਥੇ ਜਨਤਾ ਨੂੰ ਵਾਅਦੇ ਕੀਤੇ ਜਾ ਰਹੇ ਹਨ ਅਤੇ ਦੂਜੀ ਪਾਰਟੀਆਂ ਦੇ ਵੱਲੋਂ ਕੀਤੇ ਵਾਅਦੇ ਯਾਦ ਵੀ ਦਵਾਏ ਜਾ ਰਹੇ ਨੇ, ਉੱਥੇ ਹੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕਾਂ ਦੇ ਵੱਲੋਂ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾਂਦਾ ਅਤੇ ਲੋਕ ਇਸ ਵਾਰ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੇ ਨੇ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੜ ਕਿਸਾਨਾਂ ਉੱਤੇ ਵੱਡਾ ਬਿਆਨ ਦਿੱਤਾ ਅਤੇ ਕਿਸਾਨਾਂ ਨੂੰ ਮੁੜ ਘੇਰਦੇ ਹੋਏ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਨੂੰ ਬੀਜੇਪੀ ਦੇ ਨਾਲ ਰੋਸ ਹੈ ਤਾਂ ਉਹ ਬੀਜੇਪੀ ਦਾ ਵਿਰੋਧ ਕਰਨ, ਨਾ ਕਿ ਆਮ ਕਿਸਾਨਾਂ ਨੂੰ ਬਦਨਾਮ ਕਰਨ। ਬੀਤੇ ਕੁਛ ਦਿਨ ਪਹਿਲਾਂ ਸੁਨੀਲ ਜਾਖੜ ਦੇ ਵੱਲੋਂ ਕਿਸਾਨਾਂ ਪ੍ਰਤੀ ਦਿੱਤਾ ਬਿਆਨ ਹਜੇ ਠੰਡਾ ਨਹੀਂ ਪਿਆ ਸੀ ਕਿ ਸੁਨੀਲ ਜਾਖੜ ਨੇ ਮੁੜ ਤੋਂ ਕਿਸਾਨਾਂ ਨੂੰ ਇੱਕ ਹੋਰ ਸਲਾਹ ਦੇ ਦਿੱਤੀ ਹੈ। ਜਾਖੜ ਨੇ ਕਿਹਾ ਕਿ ਕਿਸਾਨ ਆਗੂਆਂ ਕਾਰਨ ਹਰ ਰੋਜ਼ 69 ਗੱਡੀਆਂ ਪ੍ਰਭਾਵਿਤ ਹੋ ਰਹੀਆਂ ਨੇ। ਜਲੰਧਰ ਅਤੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਸਾਨ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕੰਮਾਂ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਨਾ ਕਰਨ। ਉਹਨਾਂ 3 ਵੱਡੇ ਕਿਸਾਨ ਆਗੂਆਂ ਦਾ ਨਾਂ ਲੈਂਦੇ ਹੋਇਆ ਕਿਹਾ ਕਿ ਤੁਹਾਨੂੰ ਕੋਈ ਕੁਛ ਨਹੀਂ ਕਹੇਗਾ, ਜਦਕਿ ਆਮ ਕਿਸਾਨ ਤੁਹਾਡੇ ਕਾਰਨ ਬਦਨਾਮ ਹੋਣਗੇ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲੱਗ ਰਹੇ ਹਨ ਕਿ ਬੀਜੇਪੀ ਦੋਪਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਖੜ ਨੇ ਵਿਰੋਧੀਆਂ ਨੂੰ ਕਿਹਾ ਕਿ ਬੇਸ਼ੱਕ ਉਹ ਉਹਨਾਂ ਦਾ ਵਿਰੋਧ ਕਰ ਲੈਣ, ਪਰ ਕਿਸਾਨਾਂ ਅਤੇ ਵਪਾਰੀਆਂ 'ਚ ਦੋਪਾੜ ਕਰਨ ਤੋਂ ਗੁਰੇਜ਼ ਕਰਨ। ਕਿਸਾਨ ਜਥੇਬੰਦੀਆਂ ਦੀ ਕੋਈ ਰਾਜ ਜੋ ਉਹਨਾਂ ਦੀ ਅਗਰ ਵਿਰੋਧ ਹੈਗਾ ਬੀਜੇਪੀ ਨਾਲ ਤਾਂ ਬੀਜੇਪੀ ਦਾ ਵਿਰੋਧ ਕਰਨ, ਕਿਸਾਨਾਂ ਨੂੰ ਬਦਨਾਮ ਨਾ ਕਰਨ, ਆਮ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਗੇ ਤਾਂ ਇਵੈਂਚੁਅਲੀ ਨਾ ਤਾਂ ਕਿਸੇ ਨੇ ਰਾਜੇਵਾਲ ਸਾਹਿਬ ਨੂੰ ਕੁਛ ਕਹਿਣਾ,
ਨਾ ਹੀ ਕਿਸੇ ਨੇ ਪੰਧੇਰ ਜੀ ਨੂੰ ਜਾਂ ਡੱਲੇਵਾਲ ਸਾਹਿਬ ਨੂੰ ਕਹਿਣਾ, ਬਦਨਾਮ ਹੋਣਗੇ ਕਿਸਾਨ ਹੋਣਗੇ ਅਤੇ ਦੋ ਫਾੜ ਜਿਹੜੇ ਹੋਣਗੇ। ਦੇਖੋ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਲਜ਼ਾਮ ਲੱਗ ਰਹੇ ਹੈ ਕਹਿੰਦੇ ਬੀਜੇਪੀ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਜ਼ਾਮ ਕੌਣ ਲਾ ਰਿਹਾ ਹੈ? ਕਿਸਾਨ ਜਥੇਬੰਦੀਆਂ ਲਾ ਰਹੀ ਹੈ, ਆਮ ਆਦਮੀ ਪਾਰਟੀ ਲਾ ਰਹੀ ਹੈ? ਆਮ ਆਦਮੀ ਪਾਰਟੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਕੋਲ। ਆਹ ਤੁਸੀਂ ਧੱਕੇ ਨਾਲ ਉੱਥੇ ਜਾ ਕੇ ਵਪਾਰੀਆਂ ਨਾਲ ਜਿਸ ਕਿਸਮ ਦਾ ਵਿਵਹਾਰ ਕਰ ਰਹੇ ਹੋ ਸਭ, ਮੈਂ ਉਹਨਾਂ ਤੋਂ ਬੇਨਤੀ ਕਰੂੰਗਾ ਤੁਸੀਂ ਸਾਡਾ ਵਿਰੋਧ ਕਰ ਲਓ, ਪਰ ਇਸ ਤਰ੍ਹਾਂ ਕਿਸਾਨਾਂ ਦੇ ਵਪਾਰੀਆਂ ਦੇ ਵਿਚਾਲੇ ਆਹ ਦੋ ਫਾੜ ਕਰਨ ਤੋਂ ਗੁਰੇਜ਼ ਕਰੋ। ਕੋਈ ਮਾੜੀ ਨਹੀਂ ਹੈ ਰਾਜਨੀਤੀ, ਬਾਰ ਬਾਰ ਕਹਿ ਅੱਜ ਕਹਿ ਰਹੇ ਹੈ, ਬਾਰ ਬਾਰ ਸੁਨੀਲ 'ਤੇ ਗੁੱਸਾ ਕੱਢੀ ਜਾਂਦੇ, ਕੱਢ ਲੈਣ, ਪਰ ਉਹ ਸਿਰਫ ਆਪਣੇ ਨਾਮ ਦੇ ਅਗਰ ਗੈਰ ਕੀ ਕਹਿੰਦੇ ਆ ਨੋਨ ਪੋਲੀਟੀਕਲ ਕਹਿਣ ਨਾਲ ਨੋਨ ਪੋਲੀਟੀਕਲ ਨਹੀਂ ਹੋ ਸਕਦੇ ਸਾਹਿਬ। ਆਹ ਨਹੀਂ ਵੀ ਮੇਰਾ ਜਿੱਦਣ ਮਨ ਕੀਤਾ ਮੈਂ ਇਲੈਕਸ਼ਨ ਲੜ ਲਿਆ, ਜਿੱਦਣ ਮੈਂ ਉਸ ਦਿਨ ਮੈਂ ਪੋਲੀਟੀਕਲ ਹਾਂ, ਹੁਣ ਮੈਂ ਨਹੀਂ ਲੜਦਾ, ਮੈਂ ਤਾਂ ਆਪ ਨੋਨ ਪੋਲੀਟੀਕਲ ਹਾਂ ਸਾਹਿਬ, ਮੈਂ ਤਾਂ ਆਪ ਇਲੈਕਸ਼ਨ ਨਹੀਂ ਲੜਦਾ, ਐਮ ਐਜ਼ ਐਨ ਨੋਨ ਪੋਲੀਟੀਕਲ ਐਜ਼ ਰਾਜੇਵਾਲ ਸਾਹਿਬ, ਮੈਂ ਤਾਂ ਕਹੀ ਬੈਠਾ ਮੇਰੇ ਨਾਲ ਤਾਂ ਤੁਸੀਂ, ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਆਹ ਕੋਈ ਭਾਵ ਰਾਜਨੀਤੀ ਕਰੋ ਸਾਹਿਬ, ਤੁਹਾਡੇ ਅੰਦਰ ਕਲੀਅਰ ਹੋਣੇ ਚਾਹੀਦੇ ਹੋ ਤੁਸੀਂ। ਆਹ ਨਹੀਂ ਤੁਸੀਂ ਆਹ ਦੋ ਫਾੜ ਕਰਨੀ ਬੰਦ ਕਰੋ ਸਾਹਿਬ। ਅੱਜ ਉਹਨਾਂ ਦੀ ਆਮ ਆਦਮੀ ਪਾਰਟੀ ਆਈ ਥਿੰਕ ਕੈਟ ਇਜ਼ ਆਊਟ ਆਫ ਦਾ ਬੈਗ, ਤਾਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਸਾਹਿਬ। ਅਸੀਂ ਆਹ ਹੀ ਕਹਿ ਰਹੇ ਹਾਂ ਵੀ ਭਗਵੰਤ ਮਾਨ ਜੀ ਕੱਲ੍ਹ ਇਹਨਾਂ 'ਤੇ ਇਲਜ਼ਾਮ ਲਗਾ ਰਹੇ ਸੀ ਵੀ ਇਹ ਤਾਂ ਪੈਸੇ ਲੈ ਕੇ ਕਰਦੇ, ਅਤੇ ਕਿਸੇ ਨੇ ਬੋਲਿਆ ਨਹੀਂ। ਸੁਨੀਲ ਜਾਖੜ ਨੇ ਪਤਾ ਨਹੀਂ ਕੀ ਕਹਿੰਦਾ, ਕੋਈ ਕਹਿੰਦਾ ਸੱਜਣਾ ਨੇ ਫੁੱਲ ਮਾਰਿਆ ਤਾਂ ਸਾਡੀ ਰੂਹ ਅਮਰਾਂ ਤਾਂ ਹੀ ਰੋਈ। ਮੈਂ ਤਾਂ ਕੁਛ ਵੀ ਨਹੀਂ ਕਿਹਾ, ਮੈਂ ਤਾਂ ਸਿਰਫ ਇੰਨਾ ਹੀ ਕਿਹਾ ਹੈ ਵੀ ਤੁਸੀਂ ਸਾਡਾ ਵਿਰੋਧ ਕਰ ਲਓ। ਭਗਵੰਤ ਮਾਨ ਜੀ ਨੇ ਇੱਟ ਮਾਰੀ ਚਲਾ ਕੇ ਕਹਿੰਦਾ ਇਹ ਤਾਂ ਸਾਰੇ ਪੈਸੇ ਲੈ ਕੇ ਸੜਕਾਂ ਰੋਕੀ ਬੈਠੇ ਹੈ, ਉਹ ਰੋਕੀ ਬੈਠੇ, ਕਿਸੇ ਨੇ ਵਿਰੋਧ ਕੀਤਾ ਸਾਹਿਬ? ਐਡਾ ਵੈਸੇ ਮੇਰਾ ਲਗਾਵ ਹੈ ਇਸੇ ਕਰਕੇ ਇਹਦਾ, ਸੱਜਣਾ ਨੇ ਫੁੱਲ ਮਾਰਿਆ, ਉਹ ਪਰਾਏ ਹੈ, ਪਰ ਅੱਜ ਕੱਲ੍ਹ ਪਰਾਇਆਂ ਦੇ ਧੱਕੇ ਚੜ ਗਏ। ਬੀਤੇ ਸਮੇਂ ਜਾਖੜ ਦੇ ਵੱਲੋਂ ਦਿੱਤੇ ਬਿਆਨ ਉੱਤੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ, ਤਾਂ ਉੱਥੇ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜਾਖੜ ਦੀਆਂ ਇਹਨਾਂ ਗੱਲਾਂ ਨੂੰ ਕਿਸ ਤਰ੍ਹਾਂ ਲੈਂਦੇ ਨੇ। ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਹਰਸਿਮਰਤ ਕੌਰ ਬਾਦਲ ਬਠਿੰਡਾ ਸ਼ਹਿਰ ਦੇ ਗੁਰੂ ਨਾਨਕਪੁਰਾ ਵਾਰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਨਸ਼ਾ ਦੇ ਮੁੱਦਿਆਂ ਉੱਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਆਪ ਸਰਕਾਰ ਦਾ 2.5 ਸਾਲ ਦਾ ਕਾਰਜਕਾਲ ਪੂਰਾ ਹੋ ਚੁੱਕਿਆ, ਪਰ ਉਹਨਾਂ ਦੇ ਵੱਲੋਂ ਨਸ਼ਿਆਂ 'ਤੇ ਹਲੇ ਤੱਕ ਕੋਈ ਰੋਕ ਨਹੀਂ ਲਗਾਈ ਗਈ। ਅਕਾਲੀ ਦਲ ਦੇ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਸ਼ਹਿਰ ਦੇ ਗੁਰੂ ਨਾਨਕਪੁਰਾ ਵਾਰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਆਪ ਸਰਕਾਰ ਨੂੰ ਲੰਬੇ ਹੱਥੀ ਲਿਆ। ਉਹਨਾਂ ਕਿਹਾ ਕਿ ਆਪ ਸਰਕਾਰ ਦੂਜੀਆਂ ਪਾਰਟੀਆਂ 'ਤੇ ਦੋਸ਼ ਲਗਾਉਂਦੀ ਹੈ ਕਿ ਉਹਨਾਂ ਕਰਕੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਹੈ, ਜਦਕਿ ਆਪ ਪਾਰਟੀ ਦੇ ਲੋਕ ਖੁਦ ਨਸ਼ਾ ਤਸਕਰ ਦੇ ਨਾਲ ਮਿਲੇ ਹੋਏ ਨੇ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਆਪ ਸਰਕਾਰ ਨੂੰ ਵੀ ਘੇਰਦੇ ਨਜ਼ਰ ਆਏ। ਸੋ 2.5 ਸਾਲਾਂ 'ਚ 15 ਕਿਲੋ ਕਣਕ ਤੋਂ 5 ਕਿਲੋ ਆਟੇ 'ਚ ਆ ਗਏ, ਨਾ ਸ਼ਗਨ ਮਿਲਦੀ ਹੈ, ਨਾ 2500 ਪੈਨਸ਼ਨ ਦਾ ਮਿਲਦਾ ਹੈਗਾ, ਨਾ ਜਿਹੜਾ ਆਪਾਂ ਵਜ਼ੀਫੇ ਦਿੰਦੇ ਸੀ ਬੱਚਿਆਂ ਨੂੰ ਨਾ ਉਹ ਮਿਲਦਾ ਹੈ, ਨਾ ਖੇਡਾਂ ਦਾ ਸਮਾਨ ਮਿਲਦਾ ਹੈ, ਨਾ ਦਵਾਈਆਂ ਦੀ ਸਹੂਲਤ, ਨਾ ਕੈਂਸਰ ਦੀ ਸਹੂਲਤ, ਕੋਈ ਸਾਰੀ ਸਹੂਲਤਾਂ ਕਰ ਦਿੱਤੀਆਂ ਬੰਦ, ਨਾ ਲਗਾਇਆ ਵਿਕਾਸ ਦੀ ਕਿੱਟ, ਉਹ ਚੜਾਤਾ ਕਰਜ਼ਾ ਸਿਖਰੇ ਤਾਈਂ ਕਰਜ਼ਾ, ਇੰਨਾ ਕਰਜ਼ਾ 50 ਸਾਲ 'ਚ ਨਹੀਂ ਚੜਿਆ ਸੀ, ਤੇ ਜਿਹੜੇ ਸਹੁੰ ਖਾਂਦੇ ਸੀ ਕਿ ਨਸ਼ੇ ਖਤਮ ਕਰ ਦਾਂਗੇ 4 ਹਫ਼ਤਿਆਂ 'ਚ, ਇਹ ਗਾਰੰਟੀ ਦਿੰਦੇ ਸੀ 10 ਦਿਨਾਂ 'ਚ, ਤੇ ਫਿਰ 7 ਸਾਲ 'ਚ ਕਿੰਨੇ ਕੁ ਨਸ਼ੇ ਖਤਮ ਹੋ ਗਏ ਤੁਸੀਂ ਦੱਸੋ।
ਸਿਖਰਾਂ ਤਾਈਂ ਪਹੁੰਚੇ ਨੇ ਕਿ ਨਹੀਂ ਤੇ ਕੌਣ ਜ਼ਿੰਮੇਵਾਰ ਨੇ? ਝੂਠਾ ਪੰਡੀ ਪ੍ਰਚਾਰ ਅਕਾਲੀ ਨਸ਼ੇ ਵੇਚਦੇ ਨੇ। ਦੱਸੋ ਸਾਡੇ ਸਾਡੇ ਟਾਈਮ ਚ ਤੁਹਾਡੇ ਗਲੀ ਚ ਕਿਸੇ ਨੇ ਜੇ ਚਿੱਟੇ ਦਾ ਨਾਂ ਵੀ ਸੁਣਿਆ ਸੀ 10 ਸਾਲ ਪਹਿਲੇ? 10 ਸਾਲ ਪਹਿਲੇ ਹੁੰਦਾ ਸੀ ਕੋਈ ਚਿੱਟਾ? ਬਿਲਕੁਲ ਨਹੀਂ ਹੁੰਦਾ ਸੀ, ਕਿਉਂਕਿ ਤਕੜੀ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ ਚ ਧੱਕਦੀ ਸੀ, ਇਹਨਾਂ ਦਾ ਨਸ਼ਾ ਫੜਦੀ ਸੀ ਤਾਂ ਕਿ ਤੁਹਾਡੇ ਗਲੀਆਂ ਤਾਂ ਬੱਚੇ ਤੱਕ ਨਾ ਪਹੁੰਚੇ। ਅੱਜ ਸ਼ਰੇਆਮ ਘਰ ਘਰ ਤਾਈ ਨਸ਼ਾ ਵਿਕ ਰਿਹਾ, ਹਰ ਗਲੀ ਹਰ ਨੁੱਕੜ ਚ, ਕੋਈ ਰੋਕ ਟੋਕ ਨਹੀਂ ਹੈ। ਜਿਹੜੇ ਕਹਿੰਦੇ ਸੀ ਮਗਰਮੱਛ ਫੜਾਂਗੇ, ਮਗਰਮੱਛ ਫੜਨੇ ਕੀ ਹੈ, ਮਗਰਮੱਛਾਂ ਦੇ ਨਾਲ ਹਿੱਸਾ ਪਾਈ ਬੈਠੇ ਨੇ, ਮਹੀਨੇ ਬੰਨੀ ਬੈਠੇ ਨੇ, ਪੈਸੇ ਭੇਜੋ ਜਾਓ ਪੰਜਾਬ ਦੀ ਜਵਾਨੀ ਖਾ ਜਾਓ, ਤੁਹਾਨੂੰ ਕੋਈ ਹੱਥ ਨਹੀਂ ਲਾਊਗਾ। ਅੱਜ ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਕ ਮਾਂ ਦਾ ਇੱਕ ਪੁੱਤ ਮਰਦਾ ਹੈ ਨਾ, ਮਾਂ ਨੂੰ ਪੁੱਛੋ ਉਹਦੇ ਉੱਤੇ ਕੀ ਬੀਤਦੀ ਹੈ। ਇਹੋ ਜਿਹੇ ਪਰਿਵਾਰ ਮੇਰੇ ਕੋਲ ਆਏ ਨੇ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਪੁੱਤ ਮੁੱਕ ਗਏ ਚਿੱਟੇ ਦੇ ਟੀਕੇ ਲਾ ਲਾ ਕੇ। ਇਸ ਸਰਕਾਰ ਨੂੰ ਕੋਈ ਪਰਵਾਹ ਨਹੀਂ, ਪੰਜਾਬ ਦੇ ਪੁੱਤ ਮਰਵਾ ਕੇ ਪੈਸੇ ਕਮਾ ਰਹੇ ਨੇ। ਇਹ ਬਦਲਾਵ ਲਈ ਆਪਾਂ ਵੋਟਾਂ ਪਾਈਆਂ ਸੀਗੀਆਂ, ਕਿਹੜਾ ਬਦਲਾਵ ਆਇਆ ਹੈ? ਲੁੱਟਾ ਖੋਆ ਚੋਰੀਆਂ ਡਕੈਤੀਆਂ ਕਤਲ, ਇਹ ਬਦਲਾਵ ਮੰਗਿਆ ਸੀ ਆਪਾਂ? ਸਾਰੀ ਸਹੂਲਤਾਂ ਬੰਦ ਹੋ ਜਾਣ, ਹਸਪਤਾਲ ਤੇ ਸਕੂਲ ਬਣਾਉਣ ਦੀ ਤਾਂ ਗਾਰੰਟੀ ਕਰਦੇ ਸੀ। ਕਿਹੜਾ ਹਸਪਤਾਲ ਕਿਹੜਾ ਸਕੂਲ ਬਣਾਤਾ 2.5 ਸਾਲ ਚ ਦੱਸੋ ਮੈਨੂੰ? ਜੇ ਸਕੂਲ ਦੇਖਣਾ ਹੈ ਜਾਓ ਮੈਰੀਟੋਰੀਅਲ ਸਕੂਲ ਦੇਖੋ ਜਿਹੜਾ ਆਪਾਂ ਬਣਾ ਕੇ ਗਏ ਸੀ, ਜਿੱਥੇ ਗਰੀਬ ਦੇ ਬੱਚੇ ਸਿੱਖਿਆ ਲੈ ਕੇ 24 ਬੱਚਿਆਂ ਨੇ ਇਸ ਸਾਲ ਪੰਜਾਬ ਟੌਪ ਕੀਤਾ ਹੈ। ਉਹ ਜਿਹੜੇ ਜਿਹਦੀ ਮਾਂ ਗੋਹਾ ਸਿੱਟ ਕੇ ਆਪਦਾ ਪੇਟ ਪਾਲਦੀ ਹੈ, ਜਿਹੜਾ ਸਫਾਈ ਕਰਮਚਾਰੀ ਦਾ ਬੱਚਾ ਹੈ, ਉਹ ਡਾਕਟਰ ਤੇ ਇੰਜੀਨੀਅਰ ਦੀ ਕਾਲਜ 'ਚ ਉਹਨਾਂ ਨੂੰ ਐਡਮਿਸ਼ਨ ਮਿਲੀ ਹੈ, ਕਿਉਂਕਿ ਇਹੋ ਜਿਹੀ ਸਿੱਖਿਆ ਮੈਰੀਟੋਰੀਅਲ ਸਕੂਲ 'ਚ ਮਿਲੀ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲਗਾਏ ਆਪ ਉੱਤੇ ਦੋਸ਼ ਤਾਂ ਕਾਫੀ ਗੰਭੀਰ ਸਾਬਿਤ ਹੁੰਦੇ ਨੇ, ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਆਪ ਵੱਲੋਂ ਕੀ ਪਲਟਵਾਰ ਆਉਂਦਾ ਹੈ। ਜਾਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇੱਕ ਵਾਰ ਫਿਰ ਅਹਿਮ ਸੁਰਖੀਆਂ ਤੇ। ਲੋਕ ਸਭਾ ਚੋਣਾਂ ਨੂੰ ਲੈ ਕੇ ਪੱਖੀ ਸਿਆਸਤ, ਸਿਮਰਨਜੀਤ ਬੈਂਸ ਤੇ ਰਵਨੀਤ ਬਿੱਟੂ ਦੀ ਫੋਨ ਉੱਤੇ ਗੱਲਬਾਤ ਉੱਤੇ ਰਾਜਾ ਵੜਿੰਗ ਨੇ ਸਾਂਝੀ ਕੀਤੀ ਆਡੀਓ। ਕੇਜਰੀਵਾਲ ਨੇ ਭਾਜਪਾ ਉੱਤੇ ਸਾਦੇ ਨਿਸ਼ਾਨੇ, ਕਿਹਾ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਝਾੜੂ ਦੀ ਕੀਤੀ ਹੈ ਸ਼ੁਰੂਆਤ। ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੈਂਸ ਉੱਤੇ ਕੀਤੇ ਸ਼ਬਦੀ ਵਾਰ, ਕਿਹਾ ਆਈ ਟੀ ਵਿਭਾਗ 'ਚ ਕਰਾਂਗਾ ਸ਼ਿਕਾਇਤ, ਸਿਮਰਨਜੀਤ ਵੱਡੇ ਭਰਾ ਦਾ ਅਕਸ ਖਰਾਬ ਕਰਨ ਦੀ ਕੀਤੀ ਕੋਸ਼ਿਸ਼। ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਜਾਰੀ, ਪੰਜਾਬ ਦੇ ਵਿੱਚ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 23 ਮਈ ਨੂੰ ਪੰਜਾਬ ਵਾਸੀਆਂ ਨੂੰ ਕਰਨਗੇ ਸੰਬੋਧਨ। ਪੰਜਾਬ ਬੁਲਟਿਨ 'ਚ ਫਿਲਹਾਲ ਇੰਨਾ ਹੀ, ਕੱਲ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ, ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।